ਲੀਰਾ ਪਿੱਛੋਂ ਕਰ ਜ਼ਰਾ ਥੋੜ੍ਹਾ ਪਿੱਛੋਂ ਕਰ ਨੂੰ ਤੱਕ ਆ ਗਏ ਸੀ ਕਿਵੇਂ ਮਿਲ ਕੇ ਦਰੂਦ ਪੜੋ ਮੁਹੰਮਦ ਔਰ ਆਲੇ ਮੁਹੰਮਦ ਦੀ ਜ਼ਾਤ ਤੇ ਬੁਲੰਦ ਆਵਾਜ਼ ਦੇ ਨਾਲ ਖੁਸ਼ਨੂਦੀਏ ਇਮਾਮ ਜ਼ਮਾਨਾ ਬੁਲੰਦ ਤਰ ਸਲਵਾਤ ਸਾਰੇ ਦਰੂਦ ਪੜੋ ਇਮਾਮ ਹੁਸੈਨ ਅਲੈਹ ਸਲਾਮ ਦੀ ਜ਼ਾਤ ਤੇ ਬੁਲੰਦ ਬਾਨੀ ਮਜਲਿਸ ਹਾਜ਼ਰੀਨ ਮਜਲਿਸ ਸਭ ਦੀ ਸਿਹਤ ਔਰ ਸਲਾਮਤੀ ਵਾਸਤੇ ਸਾਰੇ ਸਲਵਾਤ ਸੁਣਾਓ ਮੈਂ ਇਮਾਮ ਹੁਸੈਨ ਅਲੈਹ ਸਲਾਮ ਦਾ ਗਦਾਗਰ ਆਪਣੇ ਬਾਦਸ਼ਾਹ ਦੀ ਗਦਾਗਰੀ ਵਾਸਤੇ ਹਾਜ਼ਰੇ ਖਿਦਮਤ ਇਹਨਾਂ ਵੱਡਾ ਲਜਪਾਲ ਲਾਜ਼ਵਾਲ ਬਾ ਕਮਾਲ ਬੇਮਿਸਾਲ ਹੈ ਮੇਰਾ ਹੁਸੈਨ ਜਿਹਦੀ ਜੁੱਤੀ ਵਿੱਚ ਰਿਜ਼ਕ ਮੌਜੂਦ ਹੈ ਇੱਜ਼ਤਦਾਰ ਮਜਮਾ ਵਾਜਿਬ ਉਲ ਇਹਤਰਾਮ ਮਜਮਾ ਮੁਲਤਾਨ ਦਾ ਅਜ਼ੀਮ ਮਜਮਾ ਮੇਰਾ ਆਪਣਾ ਮਜਮਾ ਕਿਉਂ ਬਈ ਜਾਨ ਮੇਰੇ ਵਤਨ ਦਾ ਮਜਮਾ ਮੇਰੇ ਵੀਰਾਵਾਂ ਦਾ ਜੀਂਦੇ ਰਹੋ ਤੇ ਵਸਦੇ ਰਹੋ ਅੱਲਾ ਤਕਵਾ ਬਾਤ ਤੇ ਸ਼ਾਦ ਰੱਖੇ ਹਮਜ਼ਾ ਭਾਈ ਦੇ ਮੌਲਾ ਇਹ ਤੋਂ ਜ਼ਿਆਦਾ ਇਸ ਤਾਂ ਅਤਾ ਫਰਮਾਵੇ ਇਸ ਤੋਂ ਜ਼ਿਆਦਾ ਰੁਤਬੇ ਅਹੁਦੇ ਅਤਾ ਫਰਮਾਵੇ ਜਿਤਨੇ ਵੀ ਬੈਠੇ ਹੋ ਮੌਲਾ ਤੁਹਾਡੇ ਰੋਜ਼ਗਾਰ 'ਚ ਇਜ਼ਾਫੇ ਫਰਮਾਵੇ ਜੀਂਦੇ ਰਹੋ ਵਸਦੇ ਰਹੋ ਆਓ ਜੀ ਬਿਸਮਿਲ੍ਲਾ ਆਓ ਤਸ਼ਰੀਫ ਗਿਣਾਓ ਇਜਾਜ਼ਤ ਹੈ ਜੀ ਮੈਂ ਜ਼ਿਕਰ ਪਾ ਕੇ ਮਿਜ਼ਾਜ ਬਿਹਤਰ ਹਨ ਚਿਹਰਿਆਂ ਤੇ ਅਲੀਨ ਵਲੀ ਉਲ ਕਲੀਅਰ ਕਰਕੇ ਇੱਕ ਸਲਵਾਤ ਤਾਂ ਪੜੋ ਜਾ ਸਰ ਜੀ ਮੇਰੀ ਪਹਿਲੀ ਸੱਤਰ ਤੇ ਗੌਰ ਫਰਮਾਏ ਅਲੀ ਕੇ ਜ਼ਿਕਰ ਮੇ ਯੇ ਦੋ ਕਮਾਲ ਦੇਖੇ ਹੈ ਸਰ ਜੀ ਅਲੀ ਕੇ ਜ਼ਿਕਰ ਮੇ ਯੇ ਦੋ ਕਮਾਲ ਦੇਖੇ ਹੈ ਜਲਾ ਭੀ ਦੇਤਾ ਹੈ ਲੇਕਿਨ ਜਿਲਾ ਭੀ ਦੇਤਾ ਹੈ ਵਾਹ ਜੀ ਵਾਹ ਕਿਆ ਬਾਤ ਹੈ ਬੜੀ ਮਿਹਰਬਾਨੀ ਬੰਦੇ ਮੌਲਾ ਦਾ ਨਾਂ ਸੁਣ ਕੇ ਜਿਹੜੇ ਦੁਸ਼ਮਣ ਅਲੀ ਹਨ ਸਾੜੀ ਵੇਂਦਨ ਤੇ ਸ਼ੀਆ ਨੇ ਹੈਦਰ ਕਰਾਰ ਜਿਹੜੇ ਮੇਰੇ ਮੌਲਾ ਦੇ ਸੱਜਣ ਉਹਨਾਂ ਕੋਲ ਜਿਲਾ ਵੀ ਮਿਲਦੀ ਹੈ ਰੋਸ਼ਨੀ ਵੀ ਹੈਦਰੀ ਅਗਲੇ ਪਿਛਲੇ ਤਰ੍ਹਾਂ ਗੌਰ ਕਰੇ ਅਲੀ ਕੇ ਜ਼ਿਕਰ ਮੇ ਯੇ ਦੋ ਕਮਾਲ ਦੇਖੇ ਹੈ ਜਲਾ ਭੀ ਦੇਤਾ ਹੈ ਲੇਕਿਨ ਜਿਲਾ ਭੀ ਦੇਤਾ ਹੈ ਬੜਾ ਕਰਮ ਹੈ ਯੇ ਖੁਦਾ ਕਾ ਹਮ ਮਲੰਗੋ ਪੇ ਵਿਲਾ ਭੀ ਦੇਤਾ ਹੈ ਵਿਲਾ ਕਾ ਸਿਲਾ ਭੀ ਦੇ ਹੱਥ ਉੱਚੇ ਨਾਰਾ ਹੈ ਦਰੀ ਤਵਜੋ ਹੈ ਤਬੀਅਤ ਲੱਗਦੀ ਪਈ ਵਿਲਾ ਵੀ ਦੇਤਾ ਹੈ ਵਿਲਾ ਕਾ ਸਿਲਾ ਵੀ ਦੇਤਾ ਹੈ ਬੜੇ ਖੁਸ਼ਕਿਸਮਤ ਲੋਕ ਹੋ ਤੁਸਾਂ ਸ਼ਾਗਿਰਦੇਜ਼ ਵਾਲੇ ਨਹੀਂ ਪੂਰੀ ਕਾਇਨਾਤ ਦੇ ਸ਼ੀਆ ਸ਼ੀਆ ਨੇ ਅਲੀ ਬੜੇ ਖੁਸ਼ਕਿਸਮਤ ਹਨ ਜਿਨ੍ਹਾਂ ਤੁਹਾਨੂੰ ਅੱਲਾ ਅਲੀ ਦੀ ਅਪੀਰ ਅਤਾ ਕਰ ਰਹੇ ਅਲੀ ਕਿਸੇ ਆਮ ਹਸਤੀ ਦਾ ਨਾਂ ਹੈ ਕੋਈ ਕਹੀਂ ਵੀ ਅਲੀ ਕੋ ਪੁਕਾਰ ਸਕਤਾ ਹੈ ਕੋਈ ਕਹੀਂ ਵੀ ਅਲੀ ਕੋ ਸਿਰ ਤਾਂ ਹਲਾ ਹੋ ਜਾਇਆ ਹਲੋ ਤਾਂ ਸਹੀ ਥੋੜਾ ਜਿਹਾ
ਇਹਦਾ ਵੱਡਾ ਮਜਮਾ ਹੈ ਤੇ ਕੋਈ ਆਮ ਮਜਮਾ ਨਹੀਂ, ਮੁਲਤਾਨ ਦਾ ਮਜਮਾ ਹੈ ਸਰ ਜੀ। ਠੜ ਕਿਉਂ ਲੱਗੀ ਬੈਠੀ ਹੈ? ਚੋਗੀ ਠੜ ਹੈ। ਕੋਈ ਕਹੀਂ ਵੀ ਅਲੀ ਕੋ ਪੁਕਾਰ ਸਕਤਾ ਹੈ, ਕਿਉਂ? ਅਲੀ ਸਭੀ ਕਾ ਮੁਕੱਦਰ ਸੰਵਾਰ ਸਕਤਾ ਹੈ। ਸਰ ਬੋਲੋ ਹੈਦਰੀ, ਅਲੀ ਸਭੀ ਕਾ ਮੁਕੱਦਰ। ਅਲੀ ਸਭੀ ਕਾ ਮੁਕੱਦਰ ਸੰਵਾਰ ਸਕਤਾ ਹੈ। ਅਲੀ ਕਿਸੇ ਆਮ ਹਸਤੀ ਦਾ ਨਾਂ ਹੈ ਸਰ ਜੀ। ਕਾਇਨਾਤ ਦਾ ਪਹਿਲਾ ਤੇ ਆਖਰੀ ਜੀਨੀਅਸ ਅਲੀ, ਕਾਇਨਾਤ ਦਾ ਪਹਿਲਾ ਔਰ ਆਖਰੀ ਲੈਜੈਂਡ ਅਲੀ, ਕਾਇਨਾਤ ਦਾ ਪਹਿਲਾ ਤੇ ਆਖਰੀ ਮੁਜਾਹਿਦ ਅਲੀ। ਮੈਂ ਲਫ਼ਜ਼ ਮੁਜਾਹਿਦ ਇਸਤੇਮਾਲ ਕੀਤੇ, ਤੁਸੀਂ ਲਿਫਟ ਨਹੀਂ ਕਰਾਈ। ਪਹਿਲਾ ਤੇ ਆਖਰੀ ਮੁਜਾਹਿਦ ਅਲੀ, ਜੇ ਸਾਰੀ ਜ਼ਿੰਦਗੀ ਸਿਵਾਏ ਚਾਰ ਪੰਜ ਮੌਕਿਆਂ ਦੇ ਮੈਦਾਨ ਜੰਗ ਚ ਖੱਬੇ ਹੱਥ ਨਾਲ ਤਲਵਾਰ ਚਲਾਈ, ਸੱਜੇ ਹੱਥ ਨਾਲ ਅੱਲਾ ਦੀ ਤਸਬੀਹ ਕੀਤੀ, ਐਸਾ ਹੈ ਮੁਜਾਹਿਦ ਕੋਈ? ਹੈਦਰੀ ਜੀਂਦੇ ਰਹੋ, ਵਸਦੇ ਰਹੋ। ਪਹਿਲਾ ਔਰ ਆਖਰੀ ਚਿਹਰੇ ਤੇ ਅਲੀਨ ਵਲੀ ਲੱਗੇ ਨਾ, ਬੜਾ ਜ਼ਰੂਰੀ ਵੇ ਤੁਹਾਡੇ ਚਿਹਰਿਆਂ ਤੇ। ਮੈਂ ਸਰ ਮਿਹਰਬਾਨੀ, ਜਬ ਇੱਕ ਫਾਰਮੂਲਾ ਹੀ ਵੇ ਟੈਕਨੀਕਲ, ਜ਼ਰਾ ਗੱਲ ਸਮਝੋ ਕਿ ਤੇਰੇ ਤੁਹਾਡੇ ਚਿਹਰਿਆਂ ਤੇ ਅਗਰ ਥੋੜ੍ਹੀ ਥੋੜ੍ਹੀ ਮੁਸਕਾਨ ਹੋ ਸੀ ਨਾ ਚਿਹਰੇ, ਹੋ ਸੀ ਨਾ ਵਾਂਗੂ ਗੁਲਾਬ ਦੇ, ਵੱਲ ਤੱਕ ਮੌਲਾ ਦੇ ਫਜ਼ਾਇਲ ਸੁਣਨ ਦਾ ਲੁਤਫ ਸੀ। ਅਗਰ ਤੁਸੀਂ ਮੁੰਝੀ ਕੇ ਬਾਸ ਹੋ, ਅਕੜੀ ਕੇ ਬਾਸ ਹੋ, ਵੱਲ ਤੱਕ ਕੋਈ ਸ਼ਾਇ ਕੁਝ ਨਹੀਂ ਦਿੰਦਾ ਵਾ, ਬੇਟਰ ਰਾਜ ਹੋ। ਮੈਂ ਤਾਂ ਕੁਛ ਫਾਰਮੂਲਾ ਦੱਸਿਆ ਕੋ ਤੁਹਾਡੀ ਮਰਜ਼ੀ। ਕੋਈ ਕਹੀਂ ਵੀ ਅਲੀ ਕੋ ਪੁਕਾਰ ਸਕਤਾ ਹੈ, ਅਲੀ ਸਭੀ ਕਾ ਮੁਕੱਦਰ ਸੰਵਾਰ ਸਕਤਾ ਹੈ। ਕਰਮ ਅਲੀ ਕਾ ਕਿ ਉਤਰਾ ਵੋ ਜੌਫੇ ਕਾਬਾ ਮੇ, ਵੋ ਆਪਣੇ ਘਰ ਮੇ ਵੀ ਕਾਬਾ ਉਤਾਰ ਸਕਤਾ ਹੈ। ਆ ਤੁੱਚੇ ਦਰੀ ਕਿਆ ਬਾਤ ਹੈ! ਮੈਂ ਨੌਕਰ ਸਹੀ, ਕਿਹੜੇ ਸੋਹਣੇ ਲੱਗਦੇ ਹੋ। ਮੈਂ ਵੱਲ ਪੜ੍ਹ ਦੇਣਾ, ਕਰਮ ਅਲੀ ਕਾ ਕਿ ਉਤਰਾ ਵੋ ਜੌਫੇ ਕਾਬਾ, ਵੋ ਆਪਣੇ ਘਰ ਮੇ ਵੀ ਕਾਬਾ ਉਤਾਰ ਸਕਤਾ ਹੈ। ਹਮਜ਼ਾ ਭਾਈ, ਅੱਲਾ ਵੀ ਤੁਹਾਡੀ ਜ਼ਿੰਦਗੀ ਕਰੇ, ਤੁਸੀਂ ਜੀਂਦੇ ਰਹੋ, ਤੁਸੀਂ ਵਸਦੇ ਰਹੋ। ਅਲੀ ਦੇ ਪੁੱਤਰ ਵੀ ਅਲੀ ਹੈ, ਅਲੀ ਦੇ ਬੱਚੜੇ ਹੀ ਅਲੀ ਹੈ, ਅਲੀ ਦੇ ਬੱਚੜੇ ਹੀ ਅਲੀ। ਔਰ ਇੱਕ ਮੇਰੇ ਮੌਲਾ ਦਾ ਪੁੱਤਰ ਹੈ ਜਿਹਦਾ ਪਰਚਮ ਘਰ ਘਰ ਵਿੱਚ। ਅਸਾਂ ਸ਼ੀਆਂ ਜਿਹੜੇ ਹੈ ਨਾ, ਅਸਾਂ ਕੋਈ ਬੋਲੇ ਬੋਲੇ ਲੋਕ ਨਹੀਂ ਹੈ, ਅਸੀਂ ਬੜੇ ਸਿਆਣੇ ਹਾਂ। ਸਾਡੇ ਹਰ ਘਰ ਵਿੱਚ ਅੱਬਾਸ ਦਾ ਅਲਮ ਹੈ। ਅਸਾਂ ਲੰਘਦੇ ਆਉਂਦੇ ਮੌਲਾ ਦੇ ਅਲਮ ਕੋ ਸਲਾਮੀ ਦੇ ਕੇ ਬਹਿੰਦੇ ਹਾਂ। ਮੈਂ ਕੋ ਤਾਂ ਯਾਦ ਨਹੀਂ ਕਿ ਮੈਂ ਪੂਰਾ ਮੁਲਕ ਫਿਰਦਾ ਅਤੇ ਪੂਰੀ ਦੁਨੀਆ ਮੈਂ ਫਿਰਦਾ ਜਿੱਥੇ ਮੇਰੇ ਕੋਲ ਅਲਮ ਨਜ਼ਰ ਆ ਜਾਵੇ ਤਾਂ ਮੈਂ ਸਲਾਮੀ ਨਾ ਦਿੱਤੀ ਹੋ। ਵਜ੍ਹਾ ਉਹਦੀ ਕਿਆ ਹੈ? ਘਰ ਮੇ ਅੱਬਾਸ ਕਾ ਪਰਚਮ ਹੋ ਤੋ ਬੇ ਆਸ ਨਾ ਹੋ। ਲਾਲੇ, ਘਰ ਮੇ ਅੱਬਾਸ ਕਾ ਪਰਚਮ ਹੋ ਸਰ ਜੀ, ਘਰ ਮੇ ਅੱਬਾਸ ਕਾ ਪਰਚਮ ਹੋ ਤੋ ਬੇ ਆਸ ਨਾ ਹੋ। ਘਰ ਮੇ ਅੱਬਾਸ ਕਾ ਪਰਚਮ ਹੋ ਸਰ ਸਾਰਿਆਂ ਕੋ, ਘਰ ਮੇ ਅੱਬਾਸ ਕਾ ਪਰਚਮ ਹੋ ਤੋ ਬੇ ਆਸ ਨਾ ਹੋ। ਤਰਗੜੇ ਤੀ ਵਾਏ ਅਗਲੀ ਸੱਤਰ ਹਸਤੇ, ਘਰ ਮੇ ਅੱਬਾਸ ਕਾ ਪਰਚਮ ਹੋ ਤੋ ਬੇ ਆਸ ਨਾ ਹੋ। ਕਿਤਨਾ ਬਦਬਖਤ ਹੈ ਵੋ ਜਿਸ ਕੋ ਅਲਮ ਰਾਸ ਨਾ ਹੋ। ਹੱਥ ਉੱਚੇ ਹੈਦਰੀ, ਕਿਤਨਾ ਬਦਬਖਤ ਹੈ ਵੋ। ਤੁਸੀਂ ਤਾਂ ਖੁਸ਼ ਕਿਸਮਤ ਹੋ, ਤੁਸੀਂ ਤਾਂ ਬਖਤਾ ਲਿਓ। ਵਾਹ ਵਾਹ,
کردار میں وفا ہے، اعلی مقام ہے۔ اعلی غازی تو عالیہ بس کہتی ہے پیار سے عباس کربلا کے لشکر کا نام۔ لشکر کا نام ہے، اساں بھی لشکری ہیں۔ ہیلو، ہم بھی ہر بندہ آدھے نا تم کون ہے، میں فلانے لشکر نال ہوں، سبھی کہیں نہ کہیں لشکر نال ہے۔ میں ہنے دسے نا، گھر میں عباس کا پرچم ہو تو بے آس نہ ہو۔ کتنا بدبخت ہے وہ جس کو علم راس نہ ہو۔ ہم اسی واسطے ہی لشکر شبیر میں ہیں، ہار جاتا ہے وہ لشکر جہاں عباس نہ ہو۔ ہاتھ اونچے حیدری سر، آ جاؤ ایک تھوڑا سا دے، ساؤنڈ کو سا دو۔ طبیعت لگی ہے لالے دی، میں نو کراں سر جی، میں ہزار دفعہ پڑھا، میں کو حکم کرو میں پڑھدا رہاں۔ گھر میں عباس کا پرچم ہو تو بے آس نہ ہو۔ کتنا بدبخت ہے وہ جس کو علم راس نہ ہو۔ توجہ ہے، ہم اسی واسطے ہی لشکر شبیر میں ہیں، ہار جاتا ہے وہ لشکر جہاں عباس نہ ہو۔ ہن میرے قصیدے دا ٹائم تھی گیا، ہن میرے کو ہر چہرہ ایویں نظر ہے کہ وسیم عباس ہن پڑھ دے قصیدہ۔ اے تمہیں مولا علی سر چوائے، تمہیں مولا علی، قصیدہ بھی میں علم دا پڑھوں گا۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ یا علی سر چوئے حیدری ریموٹ کنٹرول سے تو سہران تھی نہیں ہو سو، تو سہران تھی سو بھائی، یہ کوئی الیکٹرک ریموٹ ہے؟ الیکٹرک ریموٹ نہیں، یہ معجزاتی ریموٹ ہے۔ میرے پاس طریقہ ہے، میں پیا پڑھدا۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ اے میرے غازی مولا دا پرچم، غازی مولا خود، اے پرچم میرے مولا دا، غازی مولا آپ، میں غلط نہیں کیا۔ عباس میرے مولا علی دی شبی، ساگی شکل علی دی میرا مولا عباس، تائیں تپیا دا۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے ہے ملنا یا گئے تو سخی شہن شاہ کا علم دیکھ لو۔ تمہیں مولا علی سے شہن شاہ کا علم دیکھ لو۔ یہ علم آج پرچم ہے اسلام کا، یہ علم آج پرچم ہے اسلام کا، میری بی بی کے اس پہ قلم دیکھ لو۔ یہ علم آج
پرچم ہے اسلام کا یہ علم آج پرچم ہے اسلام کا میری بی بی کے اس پہ کرم دیکھ لو یہ علم بڑی مہربانی آؤ جی ہاں جی پھر آئے چنگا بھائی مولا دا آزادار ہے نعرے سونے مرویں دے تے مولا ہی میں جوانی سلامت رکھے تے اللہ ہمیشہ توسا کو انرجیٹک رکھے کہ تسا مولا علی دے نعرے لے دے رہو پرچم ہے اسلام کا یہ علم آج پرچم ہے اسلام کا میری بی بی کے اس پہ کرم دیکھ لو یہ علم آج پرچم ہے اسلام کا یہ علم آج پرچم ہے اسلام کا میری بی بی کے اس پہ کرم دیکھ لو یہ علم تسا میرا ہاں نہیں ٹھارا جی میں چاہنا تو سمے کو داد نہیں دیتی ترکڑے تھی وائے میں امام حسین دا نوکر مولا عباس تو پیا پیندا تے میں پیا پڑھدا یہ علم ہر جگہ یہ علم کربلا یہ علم خلد میں بھی نظر آئے گا سر جوائے زندگی ہوئے آ تجھے حیدری بس تیرو حیدری تھوڑی زندگی ہوئے جیندے رہو میں نو کرا میں نو کرا یہ علم آج پرچم ہے اسلام کا یہ علم آج پرچم ہے اسلام کا میری بی بی کے اس پہ کرم دیکھ لو یہ علم آج میرا بات ہے حمزہ بھائی بڑی مہربانی سارے بولے توال لطفے سر جی شاہ جی توڑے تو گھن کے آپ سے لے کے آپ سے لے کے اے سارے مجمع میں دیکھ سا میں امام حسین دا نوکر آج ایڈا ودا شہر ستاوی اٹھاوی چھبی ستائی اٹھائی میں امام حسین دا نوکر ایڈا ودا شہر علم دا پڑھ کے ویسا جے ترے نہیں کہیں کو بھول ونجے سارا سال بھول ونجے بل وسیم عباس دے پینڑ دا کیڑا لطفے میں پیا پڑھ دا یہ علم ہر جگہ یہ علم کربلا یہ علم خلد میں بے نظر آئے گا یہ علم ہر جگہ یہ علم کربلا تمہیں جنت میں گھر ہے علم دیکھنا تمہیں جنت میں گھر ہے علم دیکھنا تمہیں جنت میں گھر ہے علم دیکھنا میرے مولا رضا کا حرم دیکھنا تمہیں جنت میں گھر ہے علم دیکھنا تمہیں جنت میں گھر ہے ہاں تجھے حیدری بڑی مہربانی مہربانی حیدری تمہیں جنت میں گھر ہے علم دیکھنا تمہیں جنت میں گھر ہے علم دیکھنا تمہیں جنت میں گھر ہے علم دیکھنا میرے مولا رضا کا حرم دیکھ لو تمہیں جنت میں گھر ہے علم دیکھنا تمہیں جنت میں گھر ہے علم دیکھنا میرے مولا رضا کا حرم دیکھ لو سر جی جنت میں گھر ہے علم دیکھنا تمہیں جنت میں گھر ہے علم دیکھنا میرے مولا رضا کا حرم دیکھ لو نعرہ حیدری بیٹھے ہو لالے حیدری اچھا بھی سفر ہے کل ستاوی پرسو اٹھاوی شاہ شمس بھی مجلسہ شاگردیز بھی مجلسہ اتنا شاگردیز بڑا وسدہ آئی ستاوی اٹھاوی شاگردیز دی دنیا آندی آئی دور دور تو سنن انجے گا لینا بولو تا صحیح یار ہن بھی دنیا آندی ہے اوکے پرسو تو بابل سی شاہ شمس
ਇੰਨੇ ਗੱਲ ਹੈ 29 ਕੋ ਅੱਗ ਦਾ ਮਾਤਮ ਥੀ ਸੀ ਬੋਲੇ ਨੇ ਨਹੀਂ ਮੈਂ ਨਵੇਂ ਆਏ ਹੋ ਜਿਵੇਂ ਤੁਸੀਂ ਮੁਲਤਾਨ ਦੇ ਹੋ ਹੀ ਨਾ ਮੈਂ ਬਾਲਮ ਤੇ ਬਾਦ ਹੈ ਅੱਗ ਦਾ ਮਾਤਮ ਦੇਖਣ ਲੱਗਾ ਤੇ ਮੈਂ ਕਿਹੜੇ ਦਰੀ ਆ ਤੁਸੀਂ ਦੇਖਦੇ ਰਹੇ ਹੋ ਕਿਆ ਹੁੰਦਾ ਹੈ ਕਿ ਜਿਹੜੇ ਵੇਲੇ ਬਾ ਬਲਦੀ ਹੈ ਨਾ ਮਾਤਮੀ ਹੱਥ ਪਕੜੇ ਨੇ ਅਲਮ ਤੇ ਬਾ ਤੇ ਟੁਰਦੇ ਦੁਨੀਆ ਪੁੱਛਦੀ ਏ ਇਹ ਕਰਦੇ ਕਿਆ ਹਨ ਆਖਿਰ ਇਹੋ ਜਿਹੀਆਂ ਕਿਹੜੀ ਸ਼ੈ ਇਹ ਬਾਹ ਤੇ ਟੁਰ ਪਾਉਂਦੇ ਮੈਂ ਦੱਸੇ ਨਾ ਇਹ ਹਸੀਮਾ ਜਿਦਾ ਹੈ ਅਲਮ ਦਾਇ ਕਾ ਕੇ ਅਲਮ ਵਾਲੇ ਚਲਤੇ ਹੈ ਜਬ ਆਗ ਪਏ ਹੱਥ ਉੱਚੇ ਹੈ ਦਰੀ ਸਰ ਜੀ ਹੈਦਰੀ ਨਾਰੇ ਹੈਦਰੀ ਇਹ ਹਸੀ ਮਾਜਦਾ ਹੈ ਅਲਮਦਾਰ ਕਾ ਕੇ ਅਲਮ ਵਾਲੇ ਚਲਤੇ ਹੈ ਜਬ ਆਗ ਪਏ ਇਹ ਹਸੀ ਮਾਜਦਾ ਹੈ ਅਲਮਦਾਰ ਕਾ ਕੇ ਅਲਮ ਵਾਲੇ ਚਲਤੇ ਹੈ ਜਬ ਆਗ ਪਏ ਨਾ ਜਲੇਂਗੇ ਨਾ ਉਨਕੋ ਜ਼ਖਮ ਆਏਗੇ ਨਾ ਜਲੇਂਗੇ ਮੇਰੇ ਹਰ ਮਾਤਮੀ ਕੇ ਕਦਮ ਤੇ ਨਾ ਜਲੇਂਗੇ ਨਾ ਉਨਕੋ ਜ਼ਖਮ ਆਏਗੇ ਨਾ ਜਲੇਂਗੇ ਨਾ ਉਨਕੋ ਜ਼ਖਮ ਆਏਗੇ ਮੇਰੇ ਹਰ ਮਾਤਮੀ ਕੇ ਕਦਮ ਦੇਖ ਲੋ ਨਾ ਜਲੇ ਥੈਂਕ ਯੂ ਵਲ ਸੁਣਵਾ ਲੈਣਾ ਇਹ ਅਲਮ ਹਰ ਜਗ੍ਹਾ ਇਹ ਅਲਮ ਕਰਬਲਾ ਇਹ ਅਲਮ ਖੁਲਦ ਮੇ ਵੀ ਨਜ਼ਰ ਆਏਗਾ ਤੁਮੇ ਜੰਨਤ ਮੇ ਘਰ ਹੈ ਅਲਮ ਦੇਖਣਾ ਤੁਮੇ ਜੰਨਤ ਮੇ ਘਰ ਹੈ ਅਲਮ ਦੇਖਣਾ ਮੇਰੇ ਮੌਲਾ ਰਜ਼ਾ ਕਾ ਹਰਮ ਦੇਖ ਲੋ ਤੁਮੇ ਜੰਨਤ ਮੇ ਘਰ ਹੈ ਅਲਮ ਦੇਖਣਾ ਜੰਨਤ ਮੇ ਘਰ ਹੈ ਅਲਮ ਦੇਖਣਾ ਮੇਰੇ ਮੌਲਾ ਰਜ਼ਾ ਕਾ ਹਰਮ ਦੇਖ ਲੋ ਨਾਰੇ ਹੈਦਰੀ ਸਰ ਜੀ ਸਿਰ ਚਵੇ ਜੈ ਜੈ ਮੈਂ ਕੋ ਦਾਦ ਨਹੀਂ ਦਿੱਤੀ ਹੱਥ ਖੜਾ ਕਰੋ ਬੜੇ ਪੀੜੇ ਹੋ ਯਾਰ ਕਿਆ ਹੀ ਨਹੀਂ ਕੀਤਾ ਬੜਾ ਪੱਕਾ ਹੈ ਬਈ ਮੁਲਤਾਨ ਮੈਂ ਬੜੇ ਬੜੇ ਮਜਮਿਆਂ 'ਚ ਬੰਦੇ ਹੱਥ ਖੜਾ ਕਰ ਵੇਂਦਨ ਨਹੀਂ ਹਾਂ ਮੈਂ ਕੱਚਾ ਸਮਝੀ ਵਦਾਮ ਨਹੀਂ ਪੱਕਾ ਹੈ ਬਈ ਪੱਕਾ ਹੈ ਪੱਕੇ ਹੋ ਬੜੇ ਪੱਕੇ ਹੋ ਸਰ ਜੀ ਅਗਰ ਮੈਂ ਸ਼ੇਰ ਪੜਾ ਸਰ ਜੀ ਲਾਲੇ ਚਾਚੇ ਹੋ ਮੈਂ ਏਡਾ ਵੱਡਾ ਸ਼ੇਰ ਪੜਾ ਸ਼ਾਗਰ ਦੇ ਇਹਦੇ 'ਚ ਖੁਦਾ ਦੀ ਕਸਮ ਮੌਲਾ ਅਬਾਸ ਤੂੰ ਜੋ ਪੀਣੇ ਮੌਲਾ ਅਬਾਸ ਦਾ ਗਦਾਗਰ ਮੇਰਾ ਮੌਲਾ ਮੈਂ ਕੂ ਅਤਾ ਮੈਂ ਅਬਾਸ ਮੌਲਾ ਤੂੰ ਇੰਤਜ਼ਾਰ ਬਾਈ ਪਿੰਸਾ ਮਲੇ ਪਾਸੇ ਲਿਖਾਏ ਇਹਨਾਂ ਦੀਵਾਰਾਂ ਦੇ ਹੱਥੋਂ ਦੇ ਅੱਜ ਉਹ ਹੀ ਖੜੇ ਥੀ ਵੇ ਨਾ ਮੈਂ ਪਿਆ ਦਾ ਇਹ ਅਲਮ ਹੱਥ ਮੇ ਬਾਰ ਵਾਲਾ ਔਰ ਕਾਬੇ ਕੀ ਛੱਤ ਪੇ ਇਹ ਲਹਿਰਾ ਅਲੀ ਹਕ ਅਲੀ ਹਕ ਅਲੀ ਹਕ ਅਲੀ ਹਕ ਬੜੀ ਮਿਹਰਬਾਨੀ ਹੱਥ ਉੱਚੇ ਨਾਰਾ ਹੈਦਰੀ ਮੈਂ ਨੌਕਰਾਂ ਸਰ ਜੀ ਨੌਕਰੀ ਦੇਵਾਂ ਹੈਦਰੀ ਜ਼ਿੰਦਗੀ ਹੋਵੇ ਤੁਸੀਂ ਜੀਂਦੇ ਰਹੋ ਤੁਸੀਂ ਵਸਦੇ ਰਹੋ ਇਹਦੀ ਅਗਲੀ 70 ਉਕੂ ਵੀ ਇਵੇਂ ਨਹੀਂ ਸਮਝਣਾ ਜ਼ਰਾ ਗੌਰ ਕਰਾਏ ਇਹ ਅਲਮ ਹੱਥ ਮੇ ਬਾਹਰ ਵਾਲਾ ਆਏਗਾ ਔਰ ਕਾਬੇ ਕੀ ਛੱਤ ਪੇ ਇਹ ਲਹਿਰਾਏਗਾ ਇਹ ਅਲਮ ਹੱਥ ਮੇ ਬਾਹਰ ਵਾਲਾ ਯਾ ਅੱਲੀ ਕੀ ਛੱਤ ਪੇ ਇਹ ਲਹਿਰਾਏਗਾ ਤੁਮੇ ਸ਼ੱਕ ਹੋ ਤੋ ਕੁਰਾਨ ਕੋ ਖੋਲ ਕੇ ਤੁਮੇ ਸ਼ੱਕ ਹੋ ਤੋ ਕੁਰਾਨ ਕੋ ਖੋਲ ਕੇ
یہ قصیدے ہوئے ہیں رقم دیکھ بڑی مہربانی بڑی مہربانی تمہیں شک ہو تو قرآن کو کھول کے تمہیں شک ہو تو قرآن کو کھول کے تمہیں شک ہو تو قرآن کو کھول کے یہ قصیدے ہوئے ہیں رقم دیکھ لو تمہیں شک ہو تو قرآن کو کھول کے تمہیں شک ہو تو قرآن کو کھول کے یہ قصیدے ہوئے ہیں رقم دیکھ لو اباسی تاری میرے کو برباد کر گئی ہے یہ میں نہ کرو ہلو تھوڑا جہ کو لے کے تھوڑا جہ سا کڑوا چاہے یار کتنے معمولی ہے ممبر سجیا ہر کوئی بجیا ویکھن کیتے اے ویر نبی دا منبر سجیا جاگ دیو حیدری بڑی مہربانی پلانا دا منبر دیکھو میرا قصیدہ شروع کی تو کیتے پلانا دا منبر حضور آ کیا وہیں سلیمان جڑے ویندے پہنو نہ کو ساد سلیمان کیا ولو ولو نبی کوئی اہم اعلان کر لے منبر سجیا ہر کوئی بجیا ویکھن کیتے ویر نبی دا منبر سجیا ہر کوئی بجیا ویکھن کیتے ویر نبی دا منبر سجیا قسم قرآن دے تے اس رحمان دے سوا لکھ دیا دے سامنے اچھی جاتے اچھا کر کے تے لہرایا ہاتھ علی دا علی لال کلندر یا علی حیدری بڑی مہربانی حیدری اچھی جاتے اچھا کر کے لہرایا یا علی اچھی جاتے بچے نے ادھر بچے نے ادھر نہیں دیکھو یہ کیا بچے حیران ہیں ذاکر کریں کیا موئزاتی ریموٹ ہے یہ بیٹا مل گیا نارا ہے دری سر جی غور کرائے میں شیر پیا پڑھتا تاج پوایا والے پگ چا بدائی ایسے بدائی کہ ویکھے جیندے رہو وسدے رہو سر جی ول سنا ہے استائی ول ذرا ستر ول سنا ہے تاج پوایا والے پگ چا بدائی ایسے بدائی کہ ویکھے
میرے پاس طریقہ ہے اج کل موبائل ہے نا کیمرے والا موبائل اندے وچ صرف سیلفی چلدی پئی ہے ہر بندہ اپنی وی تے نال جیڑا آ ونجے اوندی وی یار اے تے چلو ایک بہ دیاں سیلفیاں بندے بننے اے جیڑا بندہ روٹی کھاندا بیٹھا ہو نا کوئی چنگی ڈونگے نال ہی سیلفی بنوا گئی حد مک گئی ہے سر جی انج سیلفیاں اس دنیا تے عام ہو گئیاں تے میں وسیم عباس دا دماغ یاد ہے تاج پوایا والے پگ چا بدائی ایسے بدائی ایک ویکھے خدائی موالی ڈر دے رہے منافق سڑ دے رہے سیلفیاں بنیا عرشیاں ڈٹھیا انج دا پھبیا شیر چلی علی لال کلندر بڑی مہربانی شکریہ بڑی مہربانی وال سنوا وا تاج پوایا والے پگ چا بدائی ایسے بدائی کہ ویکھے خدا اے موالی ڈر دے رہے منافق ڈر دے رہے ہر منظر خدا سیلفیاں بنیا عرشیاں ڈٹھیاں انج دا پھبیا شہر جلیدا سیلفیاں بنیا طبیعت جڑی ہے دل خوش تھا بڑی مہربانی عزت افزائی دا شکریہ بھائی میں ایک مصرہ بھی سنو فرمائشہ تھا میرے کو میرا بھرا بھی یاد ہے بیٹھے لیکن میرا بھائی تھے فرمائشہ اتنی ہیں یہ میری جیب ترے چار ودی ہیں یہ بھی فرمائش ہے لیکن میں اتنے نہیں پڑھ سکتا وال زندگی رہی تھا ہوں ایک میرے نکے نکے بالوں دی اتنی فرمائش ہے وہ ایک قصیدہ ہے میں لکھیا تھا جلدی پچھلے مہینے لیکن وہ ہے بڑا قصیدہ تبدیلی وہ انج ہویا کہ ہوں ذاکرہ میں پڑھنا چھوڑ دیتا جو ذاکرہ ونجا چڑیا وہ نہ انج ونجایا نہ انہوں کو اگو دی سمجھ آئی نہ پچھو دی ہاں جی لکیر دے فقیر میرے لالے ان پہ نہ انہوں کو پتہ لگ دے ایسا آکھنا کیا ہے پڑھنا کیا ہے ان کا مقصد کیا ہے بس وہ میرے کو سونی نے نا بھائی تبدیلی پڑھتا ودی تو پچھو پہ گیا اصل مقصد یہ آئی کہ میں آ کے آئی خان صاحب کو پرائم منسٹر آف پاکستان اون والے بڑے ہی کوئی نان انہیں آخیا روک سکو تو روک لو تبدیلی آئی ہے میں کہ خان صاحب تبدیلی ہو سی بالکل ہو سی لیکن وہ سی تاری دنیا داری دی اساں او دنیا دے لوگ ہیں لیکن اسا بڑے اسپیشل لوگ ہیں اساں عام لوگ نہیں وی آر اسپیشل سر جی ان دی وجہ ساڈے پیر اسپیشل ونج لے کو اے پرسو اربعین تے 5 کروڑ بندہ سر امام حسین یہ مطلب ہے ساڈے پیر اسپیشل ہیں 5 کروڑ بندہ ایڈا وڈا اجتماع دنیا تے کئی جگہ تے تھے بولو یار میں خان صاحب کی ہوا کہ میں کہ ساری تبدیلیاں ہی بھائیاں تے ساری تبدیلی بھی اجے لیٹ ہے وہ میں سمجھ جڑی میں اے تبدیلی مشکل ہے تو کیسے لائے گا تبدیلی آئے گی جب مہدی آئے تبدیلی مشکل ہے تو کیسے لائے گا تبدیلی آئے گی
پرچم غازی گھر گھر لہرائے گا، یہ ہوگی تبدیلی جب ہر چھت پہ میرے مولا عباس کا پرچم ہوگا، اس وقت ہوگی تبدیلی پوری شیعہ قوم دی طرفوں پرائم منسٹر آف پاکستان کو میسج مشورات دل سے یہ اظہار کرے منصب اقرار کرے پھر تبدیلی آئے تو 14 سے پیار تھوڑا جی تو بولو میرے نال آ تجھے حیدری بل نعرہ حیدری بل نعرہ حیدری چوتھا نعرہ حیدری پنجواں نعرہ حیدری دل سے یہ اظہار کرے من سے بھی اقرار کرے میں حمزہ بھائی کوئی ایسی گل نہیں کی تھی جڑی مقصد تو ہٹ کے ہو تو سمیریاں ایں تو بادلیاں 217 سنے خدا دی قسم ہے دنیا تے پڑھ کے آیا پنڈال دے پنڈال کھڑے تھی گئے تو سا کھڑے نہ تھی وے لیکن ہر جگہ جتھا بیٹھے ہو تا ہاتھ کھڑا ضرور کرے میں بھی پڑھتا دل سے یہ اظہار کرے من سے بھی اقرار کرے پھر تب دل آئے گی تو 14 سے پیار کر مجلس بھی آزاد ہو ہر مولا کی یاد ہو تیرے پاکستان میں ماتم زندہ باد حیدری بڑی مہربانی مجلس بھی آزاد ہو اور مولا کی یاد ہو تیرے پاکستان میں ہے ماتم زندہ باد ہو اللہ تعالیٰ سے تو رتبے پائے گا تبدیلی آئے گی جب مہدی آئے حیدر 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 ہاتھ اونچا حیدری بیٹھیو تھک گئے ہو لالے اگے قصیدے جواناں دے ہن بزرگاں واسطے جڑے بزرگ او حلالی سجاوے دا حقدار نہیں جین دے دل وچ علی دی ای ویلا کوئی صاحب دی طرز ہے ملتان والے تے جان دیو میں کچھ 4 سال تھی گئے نے قصیدہ ہر ممبر تے پڑھدا تے ضرور پڑھدا میرے بزرگاں دے پڑھیا کرو حلالی سدا میں حقدار نہیں جلد دل وچ علی دے ولا کوئی نہیں او حلالی سدا دل وچ علی دی بلا کوئی نہیں جے علی دے برابر تو کمی کھڑا ہے والا حرامی جو ہوئیو او گلا کوئی نہیں
نمازاں تیرا تھک گئے ہو مسمو کہندا پیا تو نماز تیرا دے رکھے نا ودے سجدے کر کر خدا کو منیندا ودے تیرے دل وچ ملا دا جے اقرار نہیں ول ای ورزش کریندا اے عطا کوئی ہاتھ اچھے ہے دری بڑی مہربانی 8 مارچ کو میں مولا جی مجلس کروینا ہوں مارچ 8 مارچ 2000 میرے خیال 19 لگ وے سی 2019 لگ وے سی ہر سال ہوندی ہے مارچ دا دوجا جمعہ این سال ہوئی دربار شاہ شمس جعفر باکر میرے بھرائے جڑے لائیو کریں پین یہی سارا انتظام کریں مجلس دا لائیو ہی چلیں اشتہار اور جناب امتیاز صدیقی صاحب دی مدد نال میں تا مولا دا مسافر ہاں تے 24 گھنٹے دا سادا ہے جو نوکری ہے مولا دی جڑی اسے 24 گھنٹے دینے ہیں تو سا یقین کرو شاہ جی میں صبح چنیوٹم وال کبیر والے آیا والی تھا آ گیا ہوں تو ساری رات سفر کر کے میں سویرے بلکسر پڑھ سا ساری 24 آور جاب اسا 24 گھنٹے دے امام حسین دے ملازم جی ہاں امام حسین دے ذاکر ہیں مولا دے گداگر ہیں ذاکر نہیں حسین دے ذاکر بیان حسین دے ذاکر دنیا تو ٹر گئے پڑھا حسین دے ذاکر بس قدرتی جی حوالے صاحب پڑھ دے ہونے ہیں بسم اللہ دا ثواب ہونے قاضی صاحب مرحوم و مغفور اتھائی اینا امام با عیسیٰ اتھائی ہی جگہ تے میں 27-28 سفر والے صاحب نل پچھو پڑھے نہ سر دینا قاضی صاحب آدیان و دنیا والے ہوں میں ذاکر نہیں حسین مظلوم دے ذاکر ہو رہا ہے دے ذاکری کر گئے واللہ میرا کچھ دل بھی آئی پڑھن تے لیکن بس تو سارا منہ چ لفظ نکل گیا کہ ذاکر حسین دے ہو رہے ہیں آؤ میں دسن اے کیا میری ذاکری ہے کیا میری ذاکری ہے کیا میری ذاکری ہے کیا میری ذاکری ذاکر نہیں میں نو کرا بہو میرا بچہ بہ بن بہ بن بچہ حسین او غریب جیندا نانا ذاکر حسین او مظلوم جیندا اللہ ذاکر نہیں ہن جائی میری لک مجال میری جرت نہیں میں ذاکری کراں او دساں حسین دے ذاکر کون ہے ذاکرا ہے بی بی زینب ایو جائیں ذاکرا دسا جے سوڑے موڑ کٹے ہوئے ایو جائیں ذاکرا دسا جڑی شرابی نال بولی ہوئے میرے پاس لکھا ایو جائیں ذاکرا دسا جے پتھر جھلے ہوئے میرے پاس لکھا میں پیا پڑھدا ذاکرا ہے بی بی زینب جو کہ بل ویام میں ذاکرا ہے بی بی زینب جو کہ بل ویام میں خطبے بے مکنا پڑھ گئی دربار شاہ میں خطبے بے مکنا پڑھ گئی دربار شاہ میں میں پیا پڑھدا گین زخمی نو
ਭਰ ਜਾਇਆ ਕੂੰ ਉਹ ਜਨਾ ਵਿੱਚ ਦਰਬਾਰ ਦੇ ਆ ਗਈ ਉਹ ਡਿੱਠੇ ਵੀਰ ਦੇ ਕਾਤਿਲ ਕੁਰਸੀਆਂ ਤੇ ਉਹ ਭੁੱਲ ਸੈਨ ਕੂ ਮੌਤ ਭਿਰਾ ਗਈ ਮੇਰੇ ਪਾਸੇ ਲਿਖਾ ਹੈ ਮੁਲਤਾਨ ਲਿਆਓ ਰਾਤ ਵਾਂਦੀ ਦੇਖ ਰੁਕਈਆ ਦੀ ਮੈਡੀਸਾਈਨ ਜਲਾ ਲੇਚੀ ਆ ਗਈ ਬੀਬੀਆ ਦੀ ਇੱਕ ਕਰ ਨਸਲ ਉਮਈਆ ਮੈਂ ਖਤਮ ਲੈਂਦੀ ਉਹ ਮੈਕੂ ਚੁੱਪ ਸਜਾਦ ਤੁਸੀਂ ਕਿਹੜੇ ਮਸਾਹਿਬ ਦੀ ਇੰਤਜ਼ਾਰ ਵਿੱਚ ਉਹ ਮੁਲਤਾਨ ਦਾ ਆਜ਼ਾਦਾਰ ਮਜਮਾ ਅੱਲਾ ਜਾਣੇ ਯਾਰ ਮੁਕਾਣ ਹੀ ਨਹੀਂ ਮੈਂ ਦਿੱਤੀ ਬਲ ਪਿਆ ਪੜਦਾ ਜ਼ਾਕਰਾ ਹੈ ਬੀਬੀ ਜ਼ੈਨਾ ਹੈ ਜੋ ਕੇ ਬਲਵਾ ਯਾਮ ਮੈਂ ਜ਼ਾਕਰਾ ਹੈ ਬੀਬੀ ਜ਼ੈਨਾ ਹੈ ਜੋ ਕੇ ਬਲਵਾ ਯਾਮ ਮੈਂ ਖੁਤਬੇ ਬੇਮਕਨਾ ਪੜ ਗਈ ਦਰਬਾਰ ਸ਼ਾਮ ਮੈਂ ਬਲਕ ਖੁਤਬੇ ਬੇਮਕਨਾ ਪੜ ਗਈ ਦਰਬਾਰ ਸ਼ਾਮ ਮੈਂ ਮੇਰੇ ਪਾਸ ਰੀਖ ਹੈ ਮੈਂ ਬੰਦ ਪਿਆ ਪੜਦਾ ਮੈਂ ਪੜਦਾ ਖੈਰਤ ਇਮਰਾਨ ਤੇ ਹਮਜ਼ਾ ਦੀ ਉਹ ਜਨਾ ਵਿੱਚ ਦਰਬਾਰ ਦੇ ਆ ਗਈ ਉਹ ਡਿੱਠੇ ਤੇਵਰ ਬਾਗੀ ਹਾਏ ਉਹ ਰਈਅਤ ਦੇਵੋ ਮੇਰੀ ਸੈਣ ਦੀ ਦਿਲ ਖਤਮ ਦੀ ਤਿਆਰੀ ਕਰੇ ਮੈਂ ਪਿਆ ਪੜਦਾ ਪੜਿਆ ਖੁਤਬਾ ਪਿਊ ਦੇ ਲਹਿਜੇ ਵਿੱਚ ਤੇ ਦਰਬਾਰ ਦੀ ਬਦੇਲ ਫਿਜ਼ਾ ਗਈ ਉਹ ਮੇਰੀ ਸੈਨ ਅਰਬ ਦਿਆ ਕਾਤਲਾ ਤੂੰ ਹੱਕ ਬਾਬੇ ਦਾ ਮਨਵਾ ਕੇ ਥੱਕ ਗਏ ਹੋ ਥੱਕ ਗਏ ਹੋ ਦਾਦਾ ਥੱਕ ਗਏ ਹੋ ਅਜਨ ਤਾਂ ਮੈਂ ਸਾਹਿਬ ਮੈਂ ਹੁਣ ਪੜ੍ਹ ਸਾ ਮੈਂ ਨੌਕਰਾ ਮੁਮਿਨਾ ਦੇ ਬਾਬੇ ਨਾਲ ਨਹੀਂ ਭੁਲੇ ਅੱਲਾ ਜਾਣੇ ਸ਼ਰਾਬੀਆਂ ਨਾਲ ਕਿਵੇਂ ਭੁਲੇਂਦੀ ਰਹੀ ਸ਼ਾਲਾ ਵਸਦੇ ਰਹੋ ਨਾ ਬੋਲਿਆ ਨਾ ਬੋਲਿਆ ਸੈਣ ਸ਼ਰਾਬੀਆਂ ਨਾਲ ਕਦੇ ਹੀ ਨਾ ਬੋਲਿਆ ਥੱਕ ਗਏ ਹੋ ਪੁੱਛੋ ਕਿਉਂ ਬੋਲੀ ਮੈਂ ਦੀ ਪੁੱਛ ਕਿਉਂ ਬੋਲੀ ਅੱਲਾ ਦੀ ਕਸਮ ਨਾ ਬੋਲਿਆ ਨੌਜਵਾਨੋ ਆਓ ਮੈਂ ਤੁਹਾਨੂੰ ਦੱਸਾਂਵਾ ਨਹੀਂ ਮਹਿਦੀ ਮੈਂ ਦੱਸੇ ਨਾ ਕਿਉਂ ਬੋਲੀ ਕਦੇ ਹੀ ਨਾ ਬੋਲਿਆ ਉਡਾ ਬੋਲੀ ਜਦਾ ਇਹਦੇ ਸ਼ਰਾਬੀ ਮੂੰਹ ਚੋਂ ਨਿਕਲੇ ਹੈ ਕਿਹੜੀ ਹੈ ਜ਼ੈਨਬ ਉਹ ਵੇਲੇ ਬੋਲੀ ਆਸਮਾਨ ਢਹਿ ਪਿਆ ਮੇਰੀ ਸੈਨ ਤੇਰੀ ਜੁੱਤੀ ਦਰਬਾਰ ਨਾ ਬੰਨਿਆ ਇਹ ਬੇਰ ਜ਼ਾਕਰੀ ਕਰ ਗਈ ਬਿਰਾ ਦੀ ਆ ਮਾ ਤਮਰਲ ਕੇ ਕਰੇ ਨੇ ਆਏ ਮੈਂ ਪਿਆ ਪੜਦਾ ਕਾਜ਼ੀ ਏ ਕਜ਼ਾ ਕਰ ਚਾਲੇ ਸਾਲ ਖੂਨ ਰੋ ਗਿਆ ਕਾਜ਼ੀ ਏ ਕਜ਼ਾ ਕਰ ਚਾਲੇ ਸਾਲ ਖੂਨ ਰੋ ਗਿਆ ਦੂਸਰਾ ਹੈ ਬਾਕਿਰ ਜੋ ਕੇ ਪੱਥਰੋਂ ਪੇ ਸੋਗ ਦੂਸਰਾ ਹੈ ਬਾਕਿਰ ਜੋ ਮੇਰੇ ਪਾਸ ਦੇਖੋ ਬਰਬਾਦ ਛੋਟੀ ਜ਼ਾਕਰਾ ਕੀ ਗਰਦਨ ਖੂਨ ਸੇ ਭਰ ਜ਼ਿੰਦਗੀ ਹੋਵੇ ਮੈਂ ਬੀਬੀ ਮਾਸੂਮਾ ਦਾ ਮਸਾਏ ਪਿਆ ਪੜਦਾ ਇਹੋ ਜ਼ਾਕਰੇ ਜਿਹਦੀ ਜ਼ਿੰਦਗੀ ਥੋੜੀ ਆਈ ਦੁੱਖ ਡੇਰਾ ਹੈ ਇਮਾਮ ਹੁਸੈਨ ਦੇ ਜ਼ਖਮੀ ਕੰਨਾਂ ਲਿਧੀ ਅੱਜ ਬਜ਼ੁਰਗਾਂ ਦੇ ਜੁਮਲੇ ਉੱਥੇ ਹੀ ਪੜਦਾ ਜਿੱਥਾ ਸਾਰੀ ਜ਼ਿੰਦਗੀ ਬਜ਼ੁਰਗ ਪੜ੍ਹਦੇ ਰਹੇ ਇੱਥੇ ਭੱਟੀ ਸਾਹਿਬ ਵੀ ਪੜ ਗਏ ਅਹਿਮਦ ਬਖਸ਼ ਭੱਟੀ ਮਰਹੂਮ ਮੇਰੇ ਵਾਲਿਦ ਸਾਹਿਬ ਦੇ ਉਸਤਾਦ ਹੈ ਉਹ ਵੀ ਉੱਥੇ ਬੰਦ ਪੜ ਗਏ ਜ਼ਰਾ ਅੱਲਾ ਦੇ ਨਾਂ ਮੇਰੇ ਪਾਸੇ ਲਿਖਿਆ ਬੀਬੀ ਕਦਮ ਚਹਿੰਦੀ ਹੈ ਤਲੀ ਹੈ ਚਖੂਨ ਨਿਕਲਦਾ ਰਮਲਾ ਹਿੰਦਾ ਨਿਧੀਏ ਰਮਲਾ ਇਹ ਮੇਰੀ ਮਾਸੂਮਾ ਸੈਣ ਦੀ ਹਾਮ ਉਮਰ ਆਈ ਇਹ ਹਿੰਦਾ ਦੀ ਧੀਏ ਹਿੰਦਾ ਯਜ਼ੀਦ ਦੀ ਜ਼ੌਜਾ ਵੰਜ ਬਣੀ ਇਸ ਕੋ ਪਤਾ ਲੱਗਿਆ ਕੋਈ ਮੇਰੇ ਸੰਨ ਦੀ ਨੀਂਗਰੀ ਆਈ ਹੋਈ ਹੈ
ਇਹ ਕਨੀਜ਼ਾ ਗਿਣ ਕੇ ਉਹ ਜਗ੍ਹਾ ਤੇ ਜਿੱਥੇ ਮਾਸੂਮ ਹਸੈਨ ਖੜੀ ਆਈ ਆਦੀ ਇਹ ਕਹਿੰਦੀ ਧੀਏ ਇਹੋ ਤਾਂ ਯਾਰ ਮਸਾਏ ਬਾਈ ਆਦੀ ਇਹ ਕਹਿੰਦੀ ਧੀਏ ਜਿਹੜੀ ਹਾਲਤ ਚਾਈ ਬੀਬੀ ਆਦੀ ਹੈ ਹੁਸੈਨ ਬਾਦਸ਼ਾਹ ਦੀ ਧੀਆ ਹਾਏ ਤਾਂ ਕਰੇ ਚਾ ਇਹ ਤੋਂ ਵੱਡਾ ਮਸਾਹਿਬ ਤਾਂ ਕੋਈ ਨਹੀਂ ਇਹ ਰਮਲਾ ਦੀ ਨਹੀਂ ਤੂੰ ਬਾਦਸ਼ਾਹ ਦੀਦੀ ਹੋਵਿਆ ਤੇਰਾ ਚੋਲਾ ਸੜਿਆ ਹੋਇਆ ਨਾ ਹੋਇਆ ਮੈਂ ਬਾਦਸ਼ਾਹ ਦੀਦੀ ਆ ਮੇਰਾ ਲਿਬਾਸ ਵੇਖ ਮੇਰੇ ਦੁਰ ਵੇਖ ਜਿਹੜਾ ਤੁਰਾਂ ਦਾ ਨਾਮ ਆਇਆ ਰੋ ਕੇ ਆਦੀ ਏ ਇਹ ਦੁਰ ਤੈਨੇ ਨਹੀਂ ਦੁਰ ਮੈਨੇ ਗਿਰ ਉਹ ਮੈਂ ਈਦ ਦੇ ਦੀ ਹਨ ਪਾਏ ਉਹ ਮੇਰੇ ਪਿਓ ਮਜ਼ਲੂ ਮਨੇ ਮੈਦੇ ਕੀਤੇ ਉਹ ਦੁਰ ਯਮਨ ਵਿੱਚੋਂ ਮੰਗਵਾਏ ਬੀਬੀ ਆਦੀ ਐਸਾ ਕੁਸ਼ਾ ਮੈਂ ਗਰੀਬਾ ਕੀ ਬਾਤ ਹੈ ਮੁੱਕ ਗਈ ਮੇਰੀ ਮਜਲਿਸ ਇੱਥੇ ਹੀ ਦਰਬਾਰ ਦਾ ਇੱਕ ਵਹਿਣ ਸੁਣੇ ਬੀਬੀ ਆਦੀ ਐਸਾ ਕੁਸ਼ਾ ਮੈਂ ਗਰੀਬਾ ਲੁੱਟ ਪੈ ਗਈ ਸਾਕੂ ਸ਼ਾਮੀ ਲੁੱਟਣ ਕੁਆਏ ਓਯੂ ਲੁੱਟ ਦੇ ਵਿੱਚ ਮੈਂ ਕੁਮਾਰ ਤਮਾਚੇ ਉਹ ਦੁਰ ਸ਼ਿਮਰ ਨਿਹਾਣ ਆਖਰੀ ਮੁਕਾਨ ਮੁੱਕ ਗਈ ਮੇਰੀ ਮਜਲਿਸ ਸਾਰੇ ਅਜ਼ਾਦਾਰ ਹੱਥ ਜੋੜ ਕੇ ਇਹ ਆਖਰੀ ਬੰਦ ਮੈਂ ਅੱਜ ਦੀ ਮਜਲਿਸ ਦਾ ਪਿਆ ਪੜਦਾ ਬਜ਼ੁਰਗ ਪੜ ਗਏ ਛੋਟੇ ਛੋਟੇ ਬਾਲ ਰੋਂਦੇ ਪੈਣ ਹਰ ਅੱਖ ਅਸ਼ਕ ਬਾਰੇ ਇੱਕ ਮਿੰਟ ਮੇਰੇ ਪਾਸੇ ਰਿਖਾ ਰਮਲਾ ਦੀ ਹੈ ਬੀਬੀ ਤੂੰ ਜੋ ਤਲੀਆਂ ਚੈਨੀ ਤੇ ਖੂਨ ਨਿਕਲਦਾ ਪੈਦਲ ਟੁਰਦੀ ਆਈ ਜੇ ਕੋ ਰੋਵਣ ਨਾ ਆਵੇ ਸਿਰ ਦਾ ਪੁਰਸਾ ਕਰੇ ਚ ਜਨਾ ਪੈਦਲ ਦਾ ਨਾਮ ਆਇਆ ਹੈ ਰੁਨੀ ਹੈ ਬੀਬੀ ਰੋ ਕੇ ਆਦੀ ਹੈ ਤਕਦੀਰ ਦੀ ਮਾਰੀ ਇੱਕ ਮੰਜ਼ਿਲ ਤੇ ਮੈਂ ਕਾਫਲੇ ਤੂੰ ਰਹਿ ਗਈ ਆ ਉਹ ਮੈਂ ਯਤੀਮ ਜਹਾਮ ਮੇਰੇ ਗੋਲਣ ਕੀਤੇ ਮੇਰੀਆਂ ਫੁੱਫੀਆਂ ਵੀ ਲੈ ਪਈਆਂ ਬੀਬੀ ਆਦੀ ਤੇ ਸਜਾਦ ਦੇ ਪਹੁੰਚਣ ਤੂੰ ਪਹਿਲੇ ਹੱਥ ਸ਼ਿਮਰੇ ਦੇ ਆ ਗਈਆਂ ਉਹ ਮੈਂ ਕੁ ਘੋੜੇ ਨਾ ਹਾਂ ਮਜਲਿਸ ਬਾਬਾ ਜੀ ਮੁੱਕ ਗਈ ਮਜਲਿਸ ਆਖਰੀ ਮੇਰਾ ਵਹਿਣ ਹੈ ਆਖਰੀ ਮੇਰਾ ਵਹਿਣ ਹੈ ਛੁੱਟ ਗਈਆਂ ਕੈਦਾਂ ਜਿਹੜੇ ਬਜ਼ੁਰਗ ਸੁਣਦੇ ਰਹੇ ਹੋ ਛੁੱਟ ਗਈਆਂ ਕੈਦਾਂ ਹਾਏ ਤੇ ਬੀਬੀ ਆਦੀ ਹੈ ਸਜਾਦ ਤੂੰ ਤਾਂ ਜਾਣ ਲੈ ਮੁਸਲਮਾਨਾਂ ਮੈਂ ਕੋ ਰੱਜ ਕੇ ਰੋਵਣ ਨਹੀਂ ਦਿੱਤਾ ਮੈਂ ਬਿਰਾ ਦੀ ਜ਼ਾਕਰਾ ਭੇਣਾ ਤੇ ਮੈਂ ਬਿਰਾ ਦੀ ਮਜਲਿਸ ਪੜ੍ਹਨੀ ਹੈ ਸਜਾਦ ਕੋਈ ਇੰਤਜ਼ਾਮ ਕਰ ਕਨਾਤਾਂ ਲੱਗ ਗਈਆਂ ਹੁਣ ਮਾਤਮ ਦੀ ਤਿਆਰੀ ਕਰੇ ਕਨਾਤਾਂ ਲੱਗ ਗਈਆਂ ਮੇਰੀ ਸੈਣ ਮਿੰਬਰ ਤੇ ਆ ਗਈ ਏ ਬਿਰਾ ਦੀ ਮਜਲਿਸ ਸ਼ੁਰੂ ਕੀਤੀ ਹੈ ਜ਼ਾਕਰਾ ਭੇਣਾ ਹੀ ਨਾ ਬਿਰਾ ਦੀ ਮਜਲਿਸ ਸ਼ੁਰੂ ਕੀਤੀ ਐ ਮਸਤੂਰੇ ਚ ਕੋਹਰਾਮ ਹੋਇਆ ਏ ਇੱਕ ਬੀਬੀ ਉੱਠੀ ਏ ਆਦੀ ਐ ਸੈਣ ਬਿਰਾ ਦੀ ਪਹਿਲੀ ਮਜਲਿਸ ਕਿੱਥਾ ਪੜੀ ਆਈ ਖਤਮ ਕਰਕੇ ਆਦੀ ਏ ਪੱਥਰੋ ਕੀ ਬਾਰਿਸ਼ ਮਜਲਿਸ ਹੁਸੈਨ ਪੱਥਰੋ ਕੀ ਬਾਰਿਸ਼ ਮਾਤਮ ਕਰ ਮਜਲਿਸ ਹੁਸੈਨ ਕੀ ਸ਼ਾਮੀਓ ਨੇ ਚਾਦਰ ਲੁੱਟ ਗਾਜ਼ੀ ਕੀ ਬਹਿ ਸਿਰ ਦਾ ਮਾਤਮ ਕਰੇ ਯੋ ਨੇ ਚਾਦਰ ਲੁੱਟ ਲੈ ਗਾਜ਼ੀ ਕੀ ਬਹਿਨ ਕੀ ਵੋ ਥੀ ਮੇਰੀ ਪਹਿਲੀ ਮਜਲਿਸ ਆਜ ਆਖਰ ਕੀ